जिहड़ी जिमनी चोण हो के हटी आ अकाली दल दे बादल परिवार दी पोस्टरां दे उत्ते फोटो है नहीं। बाजवा साहब 70 सालां दे विच जिहड़े वादे उन्होंने किए ने उन्होंने पूरे किए ने। ਪਰ ਜਿਹੜੀ ਵੋਟ ਪਰਸੈਂਟੇਜ ਆ ਉਹ ਕੋਈ ਕਾਰਨ ਨੇ ਜਿਨ੍ਹਾਂ ਦੇ ਕਰਕੇ ਘਟੀ ਆ ਪਰ ਤੁਸੀਂ 26 ਦੀ ਵੇਟ ਕਰਿਓ ਔਰ ਮੈਨੂੰ ਮਾਣ ਆ ਕਿ ਸੰਗਰੂਰ ਵਾਲੇ ਵੱਡੇ ਫਤਵੇ ਦੇ ਨਾਲ ਦੁਬਾਰਾ ਦੇਖਿਆ ਜਾਵੇ। 3 ਮਹੀਨੇ ਦਾ ਸਮਾਂ ਹੋਇਆ ਜਿੱਤਾ ਅਸੀਂ ਬਜਟ ਜਿਹੜਾ ਹੁਣ ਲੈ ਕੇ ਆ ਰਹੇ ਹਾਂ ਔਰ ਕਿਵੇਂ ਘਟ ਗਈ ਜਿਹੜੀ ਰਿਪੋਰਟ ਤੋਂ ਸੀਜ਼ਨ ਪੀਕ ਤੇ ਆ ਬਿਲਕੁਲ ਹੀ ਤੁਸੀਂ ਦੇਖ ਲਓ ਵੀ ਜਿਹੜੇ ਸਾਡੇ ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਭਾਈਚਾਰਾ ਸਾਡਾ ਸਾਰੇ ਖੇਤਾਂ ਦੇ ਵਿੱਚ ਲੱਗੇ ਹੋਏ ਆ। ਸੋ ਔਰ ਕਿਉਂਕਿ ਬਾਰਿਸ਼ ਹੋ ਕੇ ਹਟੀ ਆ ਲਾਈਟ ਬਿਜਲੀ ਜਿਹੜੀ ਫੁੱਲ ਟਾਈਮ ਚੱਲ ਰਹੀ ਆ ਸੋ ਬੜਾ ਮੈਂ ਤਾਂ ਕਿਉਂਕਿ ਇੱਕ ਕਿਸਾਨ ਪਰਿਵਾਰ ਤੋਂ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਇਸ ਕਰਕੇ ਜਿਹੜੀ ਵੋਟ ਪਰਸੈਂਟੇਜ ਜਿਹੜੀ ਕਿਹੜੇ ਵਿਰੋਧੀਆਂ ਦੀ ਗੱਲ ਕਰਦੇ ਜੀ ਅਸੀਂ ਜਿਹੜੇ ਵਿਰੋਧੀ ਹਾਸ਼ੀਏ ਦੇ ਧੱਕ ਦੇ ਪੰਜਾਬ ਦੇ ਲੋਕਾਂ ਨੇ ਅੱਜ ਜਿਹੜੀ ਜਿਮਨੀ ਚੋਣ ਹੋ ਕੇ ਹਟੀ ਆ ਅਕਾਲੀ ਦਲ ਦੇ ਬਾਦਲ ਪਰਿਵਾਰ ਦੀ ਪੋਸਟਰਾਂ ਦੇ ਉੱਤੇ ਫੋਟੋ ਹੈ ਨਹੀਂ ਜਿਹੜਾ ਬੀਜੇਪੀ ਦੇ ਜਿਹੜੇ ਉਮੀਦਵਾਰ ਇਹਨਾਂ ਨੂੰ ਉਮੀਦਵਾਰ ਲੱਭਦੇ ਨਹੀਂ ਹੈਗੇ ਕਦੇ ਅਕਾਲੀ ਦਲ ਤੋਂ ਲੜਦੇ ਨੇ ਕਦੇ ਕਾਂਗਰਸ ਤੋਂ ਲੜਦੇ ਨੇ ਸੋ ਇਹਨਾਂ ਦਾ ਜਿਹੜੀ ਹੋਂਦ ਆ ਉਹ ਖਤਮ ਹੋਣ 'ਤੇ ਆਈ ਹੋਈ ਆ। ਇਹ ਬੁਖਲਾਹਟ ਦੇ ਵਿੱਚ ਨੇ ਪੰਜਾਬ ਦੇ ਲੋਕ ਜਾਣਦੇ ਨੇ ਕਿ ਜਿਹੜੀ ਪੰਜਾਬ ਸਰਕਾਰ ਆ ਇੱਕ ਸਾਫ਼ ਨੀਅਤ ਇਮਾਨਦਾਰੀ ਦੇ ਨਾਲ ਕੰਮ ਕਰਨ ਲੱਗੇ ਹੋਏ ਨੇ ਉਸ ਦੇ ਵਿੱਚ ਕੋਈ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ। ਇਸੇ ਕਰਕੇ ਪੰਜਾਬ ਦੇ ਲੋਕਾਂ ਨੂੰ ਪੂਰਨ ਯਕੀਨ ਆ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੀ ਕਰਪਸ਼ਨ ਨੂੰ ਜਿਹੜਾ ਖਤਮ ਕਰਨ ਦੇ ਵਿੱਚ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ ਸੋ ਜ਼ੀਰੋ ਟੋਲਰੈਂਸ ਨੂੰ ਲੈ ਕੇ ਅਸੀਂ ਜਿਹੜਾ ਚੱਲ ਰਹੇ ਹਾਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਪੂਰਨ ਉਮੀਦ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵਾਅਦੇ ਨੇ ਦੇਖੋ ਜਿਹੜਾ ਮੈਂ ਫਿਰ ਕਹਿ ਰਹੀ ਹਾਂ ਕਿ ਇੱਕ ਤਾਂ ਜਿਹੜਾ ਸੀਜ਼ਨ ਦਾ ਟਾਈਮ ਆ ਗਰਮੀ ਦਾ ਟਾਈਮ ਸੀਗਾ ਜਿਹਦੇ ਕਰਕੇ ਜਿਹੜਾ ਵੋਟ ਪਰਸੈਂਟੇਜ ਜਿਹੜੀ ਘਟੀ ਆ ਇਸ ਤੋਂ ਬਿਨਾਂ ਕੋਈ ਉਹ ਨਹੀਂ ਹੈਗਾ। ਬਾਕੀ ਜਿੱਦਾਂ ਕਹਿੰਦੇ ਨਹੀਂ ਹੁੰਦੇ ਕਿ ਜਿਹੜਾ ਪਿਛਲੀਆਂ ਚੋਣਾਂ ਦੇ ਵਿੱਚ ਸਭ ਦਾ ਹੀ ਜਿਹੜਾ ਇੱਕ ਜਿਹੜਾ ਜਨੂੰਨ ਸੀ ਜੋ ਸੀਗੀ ਉਹ ਥੋੜ੍ਹਾ ਠੰਡਾ ਪੈ ਗਿਆ ਕਿ ਇੱਕ ਬਦਲਾਵ ਨੂੰ ਲੈ ਕੇ। ਸੋ ਇਸ ਵਾਰ ਜਿਹੜੀ ਵੋਟ ਪਰਸੈਂਟੇਜ ਆ ਉਹ ਕੋਈ ਕਾਰਨ ਨੇ ਜਿਨ੍ਹਾਂ ਦੇ ਕਰਕੇ ਘਟੀ ਆ ਪਰ ਤੁਸੀਂ 26 ਦੀ ਵੇਟ ਕਰਿਓ ਔਰ ਮੈਨੂੰ ਮਾਣ ਆ ਕਿ ਸੰਗਰੂਰ ਵਾਲੇ ਵੱਡੇ ਫਤਵੇ ਦੇ ਨਾਲ ਦੁਬਾਰਾ ਦੇਖਿਆ ਜਾਵੇ ਜੀ। ਜਿਵੇਂ ਪ੍ਰਤਾਪ ਬਾਜਵਾ ਨੇ ਵੀ ਇਹ ਗੱਲ ਕਹੀ ਕਹਿੰਦੇ ਪੂਰੀ ਚੋਣ ਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਬਣਾਈਆਂ ਪਰ ਆਖਿਰਕਾਰ ਤੁਸੀਂ ਇੱਕ ਗੱਲ ਨਹੀਂ ਕਹੀ ਵੀ 1000 ਰੁਪਏ ਵਾਲਾ ਦੱਸਿਆ ਨਹੀਂ ਵੀ ਇਸ ਬਜਟ 'ਚ ਲਿਆ ਰਹੇ ਹਾਂ ਨਾ ਉਹਦੀ ਕਹਿੰਦੇ ਗੱਲ ਕਰੀ ਕਿਸੇ ਲੀਡਰ ਨੇ ਮੂੰਹ ਨਹੀਂ ਬੋਲੀ ਤੁਸੀਂ ਬੋਲੇ ਬਾਜਵਾ ਸਾਹਿਬ 70 ਸਾਲਾਂ ਦੇ ਵਿੱਚ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਨੇ ਉਹਨਾਂ ਨੇ ਪੂਰੇ ਕੀਤੇ ਨੇ। 3 ਮਹੀਨਿਆਂ ਦਾ ਸਮਾਂ ਹੋਇਆ ਇੱਕ ਤਾਂ ਜਿਹਨੂੰ ਬੰਦੇ ਨੂੰ ਪਤਾ ਨਾ ਹੋਵੇ ਉਹ ਤਾਂ ਇਦਾਂ ਦੇ ਸਵਾਲ ਖੜੇ ਕਰੇ। ਬਾਜਵਾ ਸਾਹਿਬ ਉਹਨਾਂ ਨੂੰ ਜਿਹੜੀਆਂ ਸਾਰੀਆਂ ਗੱਲਾਂ ਦਾ ਪਤਾ ਆਪੋਜੀਸ਼ਨ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਜਿੰਨਾ ਚਿਰ ਅਜੇ ਪੰਜਾਬ ਦਾ ਬਜਟ ਨਹੀਂ ਜਿਹੜਾ ਪੇਸ਼ ਹੋਊਗਾ ਉਦੋਂ ਪਹਿਲਾਂ ਸੀ 1000 ਰੁਪਏ ਕਿੱਦਾਂ ਦੇ ਦਾਂਗੇ। ਸੋ ਇਹ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਘਟੀਆਂ ਜਿਹੜੀਆਂ ਹਰਕਤਾਂ ਦੇ ਉੱਤਰੇ ਹੋਏ ਨੇ ਇੱਥੋਂ ਪਤਾ ਲੱਗਦਾ ਕਿ ਇਹਨਾਂ ਦੀ ਜਿਹੜੀ ਬੁਖਲਾਹਟ ਆ ਜਿਹੜੇ ਪੰਜਾਬ ਦੇ ਲੋਕਾਂ ਨੇ ਜਿਹੜਾ ਇਹਨਾਂ ਨੂੰ ਨਕਾਰਿਆ ਉਸ ਚੀਜ਼ ਦੇ ਜਿਹੜੇ ਨਤੀਜੇ ਨੇ ਜਿਹਦੇ ਕਰਕੇ ਇਦਾਂ ਦੀ ਬਿਆਨਬਾਜ਼ੀ ਜਿਹੜੀ ਦੇ ਰਹੇ ਨੇ।